ਪਾਕਿਸਤਾਨ ਦੇ ਵਿੱਚ ਅੱਜ ਦੱਸਿਆ ਜਾ ਰਿਹਾ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਹੈ, ਕੀ ਕਹਿਣਾ ਚਾਹੁੰਦੇ ਜੀ, ਕਿਸ ਤਰ੍ਹਾਂ ਦਾ ਜੀਵਨ ਸੀ ਉਹਨਾਂ ਦਾ? ਉਹਨਾਂ ਦਾ ਜੀਵਨ ਬਹੁਤ ਵਧੀਆ ਸੀਗਾ ਜੀ, ਤੇ ਜਿਹੜਾ ਵਾਪੀ ਸਿੱਖ ਕੌਮ ਦੀ ਉਹ ਸੇਵਾ ਕਰਨ ਡੇ ਸੀਗੇ, ਸਿੱਖ ਕੌਮ ਦੀ ਉਹ ਸੇਵਾ ਕਰਦੇ ਸੀਗੇ, ਤੇ ਹੁਣ ਜਿਹੜਾ ਅੱਜ ਆ ਉਹ ਲਾਹੌਰ ਦੇ ਵਿੱਚ ਜਿਹੜਾ ਵਾਪੀ ਖਬਰਾਂ ਤੋਂ ਪਤਾ ਲੱਗਾ ਵੀ ਗੋਲੀਆਂ ਮਾਰ ਕੇ ਉਹਨਾਂ ਦੀ ਡੈਥ ਕਰ ਦਿੱਤੀ ਆ, ਉਹਦੀ ਜਿਹੜੀ ਡੈਡ ਬੋਡੀ ਆ ਉਹ ਸਰਕਾਰ ਸਾਨੂੰ ਦੇਵੇ ਅਤੇ ਅਸੀਂ ਆਪਣੇ ਪਰਿਵਾਰ ਦੇ ਵਿੱਚ ਲਿਆ ਕੇ ਜਿਹੜਾ ਵਾ ਵੀ ਉਹਨਾਂ ਦਾ ਸੰਸਕਾਰ ਕਰ ਸਕੀਏ, ਸੰਗਤ ਜਿਹੜੀ ਉਹ ਇਲਾਕੇ ਦੀ ਜਿਹੜੀ ਉਹਨਾਂ ਦੇ ਦਰਸ਼ਨ ਕਰ ਸਕੇ। ਪਹਿਲਾਂ ਉਹ ਬੈਂਕ ਦੇ ਵਿੱਚ ਨੌਕਰ ਸੀਗੇ ਜੀ, ਨੌਕਰੀ ਕਰਦੇ ਸੀਗੇ ਅਤੇ 10 ਸਾਲ ਉਹਨਾਂ ਨੇ ਨੌਕਰੀ ਕੀਤੀ ਆ। ਉਸ ਤੋਂ ਬਾਅਦ ਜਿਹੜਾ ਵਾ ਪੁਲਿਸ ਨੇ ਨਜਾਇਜ਼ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹ ਜਿਹੜਾ ਜੀ ਉਹ ਭਗੌੜਾ ਹੋ ਗਏ ਜੀ, ਸਨ 87 'ਚ ਉਹ ਭਗੌੜਾ ਹੋ ਗਿਆ। ਉਸ ਤੋਂ ਬਾਅਦ ਜਿਹੜਾ ਉਹ ਪਰਿਵਾਰ ਨੂੰ ਨਹੀਂ ਮਿਲ ਸਕੇ। ਸਾਡੀ ਪਰਿਵਾਰ ਦੀ ਇਹ ਮੰਗ ਆ ਵੀ ਉਹ ਲਿਆ ਕੇ ਅਤੇ ਉਹਨਾਂ ਦੀ ਡੈਡ ਬੋਡੀ ਜਿਹੜੀ ਆ ਅਸੀਂ ਆਪਣੇ ਹੱਥੀਂ ਉਹਨਾਂ ਦਾ ਰਸਮਾਂ ਪੂਰੀਆਂ ਕਰ ਸਕੀਏ। ਹਾਂਜੀ, ਜਿਹੜੀ ਜਥੇਬੰਦੀ ਦੇ ਨਾਲ ਉਹਨਾਂ ਨੂੰ ਅਟੈਚ ਕੀਤਾ ਜਾਂਦਾ ਸੀ ਉਹ ਜੀ ਖਾਲਿਸਤਾਨ ਕਮਾਂਡੋ ਫੋਰਸ ਪਰਮਜੀਤ ਸਿੰਘ ਪੰਜਵੜ ਗਰੁੱਪ ਦੇ ਨਾਲ ਅਟੈਚ। ਕੌਣ ਕੌਣ ਹੈਗੇ ਸੀ ਉਸ ਵਕਤ ਉਹਨਾਂ ਦੇ ਨਾਲ ਇਸ ਜਥੇਬੰਦੀ ਦੇ ਵਿੱਚ? ਉਹ ਤੇ ਇੱਥੋਂ ਗਏ ਜੀ, ਹੋਰ ਤੇ ਜਥੇਬੰਦੀ ਦੇ ਨਾਲ ਹੋਰ ਵੀ ਜਿਹੜੇ ਉਹਨਾਂ ਨੇ ਜਿੰਨੇ ਸਿੱਖ ਸੰਗਤ ਦੇ ਜਵਾਨ ਕੋ ਦੇ ਜਨਰਲ ਲਾਲ ਸਿੰਘ ਸੀਗੇ ਜੀ, ਉਹਨਾਂ ਤੋਂ ਬਾਅਦ ਪਰਮਜੀਤ ਸਿੰਘ ਜੀ। ਹਾਂਜੀ, ਹੋਰ ਸਾਡੇ ਪਿੰਡ ਦੇ 13-14 ਸਿੰਘ ਸ਼ਹੀਦ ਹੋਏ ਆ ਜੀ, ਜਿਨ੍ਹਾਂ ਦੇ ਵਿੱਚ ਸਰਬਜੀਤ ਸਿੰਘ ਸੀਗਾ, ਡਾਕਟਰ ਬਲਜਿੰਦਰ ਸਿੰਘ ਸੀਗਾ ਜੀ। ਹਾਂਜੀ, ਅੱਜ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਆ। ਹਾਂਜੀ, ਦੁੱਖ ਦੀ ਘੜੀ ਦੇ ਵਿੱਚ ਸੰਗਤਾਂ ਆ ਰਹੀਆਂ ਵਾ, ਕਿਵੇਂ ਤੁਸੀਂ ਸਿਆਣੇ ਦੇ ਸੋਗ ਦੀ ਲਹਿਰ ਤਾਂ ਹੈ ਹੀ ਆ, ਜਦੋਂ ਪਰਿਵਾਰ ਦੇ ਵਿੱਚ ਇੱਕ ਜੀ ਚੱਲ ਜਾਂਦਾ, ਸਾਡਾ ਭਰਾ ਸੀ, ਸਾਡਾ ਖੂਨ ਸੀ। ਹਾਂਜੀ, ਸਾਡੀ ਵੇਖੋ ਜੀ ਸੱਜੀ ਬਾਂਹ ਸੀਗੀ, ਉਹ ਖਤਮ ਕਰ ਦਿੱਤਾ ਗਿਆ ਵਾ ਲਾਹੌਰ ਦੇ ਵਿੱਚ। ਕਿਸ ਤਰ੍ਹਾਂ ਦੇ ਉਹਨਾਂ ਦਾ ਜੀਵਨ ਸੀਗਾ, ਕਿਸ ਤਰ੍ਹਾਂ ਦੇ ਉਹ ਹੈਗੇ ਸੀਗੇ? ਉਹਨਾਂ ਦਾ ਬਹੁਤ ਵਧੀਆ ਜੀਵਨ ਸੀਗਾ ਅਤੇ ਸਿੱਖ ਮਰਿਆਦਾ ਦੇ ਵਿੱਚ ਰਹਿੰਦੇ ਸੀਗੇ ਬੜੇ ਵਧੀਆ ਤਰੀਕੇ ਨਾਲ, ਅਤੇ ਆਪਣੇ ਮਤਲਬ ਘਰ ਦਾ ਗੁਜ਼ਾਰੇ ਵਾਸਤੇ ਉਹ ਨੌਕਰੀ ਕਰਦੇ ਸੀ, ਬੈਂਕ ਦੇ ਵਿੱਚ ਸਰਵਿਸ ਵੀ ਕਰਦੇ ਸੀ। ਸਰਵਿਸ ਦੇ ਦੌਰਾਨ ਹੀ ਉਹਨਾਂ ਨੂੰ ਭਗੌੜਾ ਕਰ ਦਿੱਤਾ ਗਿਆ ਪੁਲਿਸ ਵੱਲੋਂ, ਥੋੜ੍ਹਾ ਜਿਹਾ ਤੰਗ ਪਰੇਸ਼ਾਨ ਕਰਕੇ ਪਰਿਵਾਰ ਨੂੰ। ਉਦੋਂ ਬਾਅਦ ਵਿੱਚ ਉਹ ਜਿਉਂ ਘਰੋਂ ਗਏ ਆ ਮੁੜ ਕੇ ਨਹੀਂ ਆਏ, ਜਾਣੀ 86-87 ਤੋਂ ਬਾਅਦ ਵਿੱਚ ਉਹ ਨਹੀਂ ਆਏ ਜੀ। ਅੱਜ ਉਹਨਾਂ ਨੂੰ 37-38 ਸਾਲ ਹੋ ਗਏ ਆ ਅਤੇ ਉਦੋਂ ਤੋਂ ਬਾਹਰ ਹੀ ਆ ਜੀ। ਅਤੇ ਇਹ ਕਿਹੜਾ ਕਿਸੇ ਨੂੰ ਦਿਸਿਆ ਜੀ ਵੀ ਉਹਨਾਂ ਹੀ ਕੀਤੇ ਆ? ਇਹ ਕੋਈ ਝੂਠ ਵੀ ਹੋ ਸਕਦਾ, ਕੋਈ ਸੱਚ ਵੀ ਹੋ ਸਕਦਾ, ਕਿਹਾ ਨਹੀਂ ਜਾਂਦਾ, ਪਰ ਇਹ ਸਾਰਾ ਕੁਛ ਸੱਚ ਨਹੀਂ ਹੁੰਦਾ ਜੀ। ਜੋ ਵੀ ਅੱਜ ਕੱਲ੍ਹ ਪੁਲਿਸ ਕਰਦੀ ਆ ਜਾਂ ਪਹਿਲਾਂ ਵੀ ਕਰਦੀ ਆਈ, ਧੱਕੇਸ਼ਾਹੀ ਹੁੰਦੀ ਆਈ ਆ, ਇਹ ਸੱਚ ਨਹੀਂ ਹੋ ਸਕਦਾ। ਸਾਰਾ 7 ਦੇ 7 ਹੀ ਉਹਨੇ ਹੀ ਕੀਤੇ ਆ ਜਾਂ ਮੁਰਗੇ ਨੇ ਕੀਤੇ ਆ, ਇਹ ਆਪਾਂ ਕਿਵੇਂ ਯਕੀਨ ਨਾਲ ਕਿਵੇਂ ਕਹਿ ਸਕਦੇ ਜੀ? ਬਹੁਤ ਬਹੁਤ ਸੋਗ ਹੈ ਜੀ। ਇਸ ਵੇਲੇ ਝਬਾੜ ਅੱਡੇ ਤੋਂ ਅਸੀਂ ਲੰਘ ਕੇ ਆਏ ਹਾਂ, ਸਾਰੀਆਂ ਦੁਕਾਨਾਂ ਦੇ ਉੱਤੇ ਮਤਲਬ ਐਂ ਜਿਵੇਂ ਖਮੋਸ਼ੀ ਛਾਈ ਪਈ ਹੈ ਜੀ, ਬਿਲਕੁਲ ਸਾਰੀਆਂ ਦੁਕਾਨਾਂ ਪਰੇਸ਼ਾਨ ਹੈ। ਅਸੀਂ ਸਾਰੇ ਰਿਸ਼ਤੇਦਾਰ, ਸਾਰਾ ਨਗਰ, ਅਸੀਂ ਇਹ ਪਰਜੋਰ ਮੰਗ ਕਰਦੇ ਹਾਂ ਕਿ ਸਾਨੂੰ ਇਹ ਜਿਹੜੀ ਡੈੱਡ ਬੋਡੀ ਮਿਲਣੀ ਚਾਹੀਦੀ ਹੈ ਜੀ, ਅਸੀਂ ਆਪਣੇ ਹੱਥੀਂ ਉਹਨਾਂ ਦਾ ਅੰਤਮ ਜਿਹੜਾ ਸੰਸਕਾਰ ਕਰ ਲਈਏ ਅਤੇ ਸਾਡਾ ਜਿਹੜਾ ਹਿਰਦਾ ਜਿਹੜਾ ਠੰਡਾ ਹੋ ਜਾਵੇ ਅਤੇ ਪਰਿਵਾਰ ਨੂੰ ਵੀ ਸ਼ਾਂਤੀ ਆਵੇ, ਨਗਰ ਜਿਹੜੇ ਉਹਨਾਂ ਦੇ ਕੋਈ ਅੰਤਮ ਰਸਮਾਂ ਜਿਹੜੀ ਉਹ ਕਰ ਲੈਣ ਜੀ। ਕਿੰਨੇ ਬੱਚੇ ਸੀ ਉਹਨਾਂ ਦੇ? ਕਿੱਥੇ ਨੇ ਹੋਏ? ਉਹਨਾਂ ਦੇ 2 ਬੱਚੇ ਸੀ ਜੀ, ਅਤੇ ਉਹ ਬਾਹਰ ਹੀ ਆ ਜੀ, ਉਹ ਤਾਂ ਇੰਡੀਆ 'ਚ ਆਉਣ ਹੀ ਦਿੱਤਾ ਜੀ ਉਹਨਾਂ ਨੂੰ, ਬਾਹਰ ਹੀ ਆ ਜੀ ਉੱਥੇ। ਬਹੁਤ ਹੀ ਦੁੱਖਦਾਈ ਖਬਰ ਆ, 2:30-3 ਵਜੇ ਸਾਨੂੰ ਪਤਾ ਲੱਗਾ, ਉਹ ਵੀ ਮੀਡੀਆ ਦੇ ਜ਼ਰੀਏ। ਬੜੀ ਦੁੱਖਦਾਈ ਖਬਰ ਆ,
ਲੱਕਾ ਤਾਂ ਚਲੋ ਅਫਸੋਸ ਦੇ ਵਿੱਚ ਹੁੰਦਾ ਹੀ ਆ, ਪਿੰਡ ਵੀ ਆ, ਪਰ ਸਾਰੀ ਸਿੱਖ ਕੌਮ ਨੂੰ ਦੇ ਵਿੱਚ ਹੀ ਬੜਾ ਅਫਸੋਸ ਆ, ਕਿਉਂਕਿ ਉਹ ਖਾਲਿਸਤਾਨ ਕਮਾਂਡਰ ਫੋਰਸ ਦਾ ਜਨਰਲ ਸੀ ਔਰ ਸਾਰਾ ਸਿੱਖ ਜਗਤ ਹੀ ਉਹਨੂੰ ਜਾਣਦਾ ਸੀ। ਇਸ ਕਰਕੇ ਬਹੁਤ ਦੁੱਖ ਹੋਇਆ ਉਹਦੇ ਜਾਣ 'ਤੇ, ਕਿਉਂਕਿ ਇੱਕ ਤਾਂ ਬਾਹਰ ਉੱਥੇ ਬਾਹਰਲੇ ਦੇਸ਼ 'ਚ ਆ, ਉੱਥੇ ਉਹ ਪਤਾ ਨਹੀਂ ਉਹਨਾਂ ਨੇ ਲਾਸ਼ ਤਾਂ ਉਹਨਾਂ ਕੀ ਦੇਣੀ, ਪਰ ਪੁਰ ਜੋ ਮੰਗ ਅਸੀਂ ਕਰਦੇ ਹਾਂ ਇਲਾਕਾ ਸਿੱਖ ਕੌਮ, ਅਤੇ ਉਹਨਾਂ ਦੀ ਲਾਸ਼ ਜਿਹੜੀ ਆ ਪਰਿਵਾਰ ਨੂੰ ਦਿੱਤੀ ਜਾਵੇ, ਉਹ ਦਾਹ ਸੰਸਕਾਰ ਆਪਣਾ ਉਹਦੀਆਂ ਰਸਮਾਂ ਜਿਹੜੀਆਂ ਉਹ ਕਰ ਸਕਣ। ਕਿੰਨੇ ਭਰਾ ਸੀਗੇ? ਪੰਜ ਭਰਾ। ਅਤੇ ਕਿਸ ਤਰ੍ਹਾਂ ਇੱਕ ਜਿਹਨੇ ਸ਼ਹੀਦ ਕਰ ਦਿੱਤਾ ਪੰਜਵੜ ਜੀ ਨੂੰ, ਇੱਕ ਜਿਹੜਾ ਪੁਲਿਸ ਨੇ ਵੀ ਚੁੱਕ ਕੇ ਕੋਈ, ਹਾਂ ਰਾਜਵਿੰਦਰ ਸੀ ਇਹਦਾ ਭਰਾ, ਬਿਜਲੀ ਬੋਰਡ ਸੀ, ਉਹਨੂੰ ਵੀ ਮਾਰ ਦਿੱਤਾ ਫਰਵਰੀ 1995 ਦੇ ਵਿੱਚ, ਇੱਥੇ ਜੀਤ ਸੰਧੂ ਜਿਉਂ ਲੱਗਾ ਸੀ ਦੁਬਾਰਾ ਆ ਕੇ ਉਹਨੇ ਚੁੱਕ ਕੇ ਮਾਰਤਾ। ਮਾਤਾ ਬੜਾ ਜੀ ਬੜਾ, ਮਾਤਾ ਨੂੰ ਮਾਰ ਦਿੱਤਾ, ਪਹਿਲਾਂ ਮਾਤਾ ਨੂੰ ਮਾਰਤਾ 93 ਦੇ ਵਿੱਚ ਚੁੱਕ ਕੇ, ਸਾਰਾ ਪਰਿਵਾਰ ਜਿੰਨੇ ਰਿਸ਼ਤੇਦਾਰ ਸੀ ਉਹ ਥਾਣੇ ਦੇ ਵਿੱਚ ਬਿਠਾਏ ਰੱਖੇ 6-6, 7-7 ਮਹੀਨੇ, ਬਾਕੀ ਜਿਹੜਾ ਪਰਿਵਾਰ ਕੁਝ ਗਾਂਹ ਪਿਛਾਂ ਹੋ ਗਿਆ, 2.5-3 ਸਾਲ ਗਾਂਹ ਪਿਛਾਂ ਰਿਹਾ, ਆ ਘਰ ਸਾਰਾ ਢਾਹਤਾ ਸੀ, ਘਰ ਇਹਨਾਂ ਬਾਅਦ 'ਚ ਬਣਾਇਆ, ਸਾਰਾ ਢਾਹ ਕੇ ਲੈ ਗਏ ਸੀ, ਰੁੱਖ ਵੀ ਲੈ ਗਏ ਸੀ ਇਹਨਾਂ ਦੇ, ਫਸਲ ਵੀ ਵੱਢ ਕੇ ਲੈ ਗਏ, 2-2.5 ਸਾਲ ਪਰਿਵਾਰ ਬਾਹਰ ਹੀ ਰਿਹਾ ਰਿਸ਼ਤੇਦਾਰਾਂ ਦੇ ਕੋਲ ਹੀ, ਡੰਗਰ ਮਾਲ ਵੀ ਲੈ ਗਏ ਇਹਨਾਂ ਦਾ। ਕਿਸ ਤਰ੍ਹਾਂ ਦੀ ਇਹਨਾਂ ਦੇ ਬੀਤਦੀ ਸੀਗੀ ਇਲਾਕੇ ਬੰਨੇ ਦੇ ਵਿੱਚ, ਕਿਸ ਤਰ੍ਹਾਂ ਹੈਲਪ ਕੀਤੀ ਲੋਕਾਂ ਨੇ ਜਾਂ ਕਿਵੇਂ ਰਿਹਾ ਮਾਹੌਲ ਇਹਨਾਂ ਦੀ? ਲੋਕਾਂ ਨੇ ਮਦਦ ਕਰਨੀ ਕਰਨੀ ਸੀ, ਲੋਕਾਂ ਦੇ ਨਾਲ ਇਹਨਾਂ ਦਾ ਸੰਬੰਧ ਚੰਗਾ ਸੀ। ਫਿਰ ਅਸੀਂ ਜਦੋਂ ਖਾਲੜਾ ਮਿਸ਼ਨ ਕਮੇਟੀ, ਜਦੋਂ ਭਾਈ ਜਸਵੰਤ ਸਿੰਘ ਖਾਲੜਾ ਇਹਨਾਂ ਦੇ ਆਪਣਾ ਉਹਨਾਂ ਨੂੰ ਇਹਨਾਂ ਦੇ ਜ਼ਬਰ ਦਾ ਪਤਾ ਲੱਗਾ, 1994 ਤੋਂ ਇਹਨਾਂ ਦੇ ਨਾਲ ਉਹ ਜੁੜ ਗਏ, ਉਹਦੇ ਨਾਲ ਫਿਰ ਅਸੀਂ ਵੀ ਨਾਲ ਜੁੜ ਗਏ, ਕਿਉਂਕਿ ਅਸੀਂ ਵੀ ਆਪਣਾ ਖਾਲੜਾ ਮਿਸ਼ਨ ਕਮੇਟੀ ਸੀ, ਸਾਡੀ ਖਾਲੜਾ ਮਿਸ਼ਨ ਕਮੇਟੀ ਉਦੋਂ ਦੀ ਇਹਨਾਂ ਦੇ ਨਾਲ ਜੁੜੀ ਆ। 2 ਕੇਸ ਚੱਲਣ ਦਾ ਇਹਨਾਂ ਦੇ CBI ਕੋਰਟ, ਮਾਤਾ ਦਾ ਕੇਸ ਜਿਹੜਾ ਉਹ ਫੈਸਲੇ 'ਤੇ ਆ, ਜਿਹਦੇ 'ਚ 2 ਪੁਲਿਸ ਅਫਸਰ ਭਗੌੜੇ ਹੋ ਗਏ, ਜਗਦੀਪ ਅਤੇ ਰਾਜਕੁਮਾਰ, ਇੱਕ ਮਰ ਗਿਆ ਸ਼ਿਵ ਕੁਮਾਰ, ਅਤੇ ਜਿਹੜਾ ਦੂਸਰਾ ਰਾਜਵਿੰਦਰ ਰਾਜੂ ਵਾਲਾ ਉਹ ਵੀ ਚੱਲ ਰਿਹਾ CBI ਕੋਰਟ। ਜਿਹੜੇ ਪੁਲਿਸ ਅਫਸਰਾਂ ਨੇ ਉਦੋਂ ਧੱਕੇਸ਼ਾਹੀਆਂ ਕੀਤੀਆਂ, ਜਿਹੜੇ ਅੱਜ ਮੌਜੂਦਾ ਜਿੰਦੇ ਆ, ਕੀ ਡਿਮਾਂਡ ਹੈਗੀ ਆ ਤੁਹਾਡੀ ਉਹਨਾਂ ਦੇ ਖਿਲਾਫ, ਕਿਸ ਤਰ੍ਹਾਂ ਦੀਆਂ ਕਾਰਵਾਈਆਂ ਹੋਣੀਆਂ? ਉਹਨਾਂ ਦੇ ਖਿਲਾਫ ਕਤਲਾਂ ਦੇ ਮੁਕੱਦਮੇ ਕੁਝ ਤਾਂ ਚੱਲ ਰਹੇ ਆ, ਜਿਨ੍ਹਾਂ ਦੇ ਰਹਿ ਗਏ ਆ ਉਹਨਾਂ ਦੇ ਖਿਲਾਫ ਕਤਲਾਂ ਦੇ ਮੁਕੱਦਮੇ ਚੱਲਣੇ ਚਾਹੀਦੇ ਆ, ਹੁਣ ਸਾਫ਼ ਲੋਕਾਂ ਨੂੰ ਮਿਲਣਾ ਚਾਹੀਦਾ, ਕਿਉਂਕਿ ਜਿਹੜੀ ਅਸੀਂ ਰਿਟ ਪਾਈ ਸੀ ਜਿਹੜੀ ਲਾਵਾਰਸ ਲਾਚਾ ਦੀ, ਉਹਦੇ 'ਚ ਕੇਸ ਚੱਲ ਰਹੇ ਆ CBI ਕੋਰਟ ਦੇ ਵਿੱਚ, ਅਤੇ ਕੋਈ CBI ਨੇ ਜਿਹੜੀ ਜਾਂਚ ਨਹੀਂ ਕੀਤੀ ਚੰਗੀ ਤਰ੍ਹਾਂ, ਉਹ ਵੀ ਹੋਣੀ ਚਾਹੀਦੀ ਆ ਜਾਂਚ। ਸਿੱਖ ਕੌਮ ਦੇ ਨਾਲ ਸ਼ੁਰੂ ਤੋਂ ਧੱਕੇ ਹੁੰਦੇ ਆਏ ਆ, ਅਤੇ ਇਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਹੁਣ ਫਿਰ ਜਿਹੜੇ ਮਾਹੌਲ ਲੰਘ ਕੇ ਗਿਆ ਵਾ, ਉਹਦੇ ਬਾਰੇ ਅੰਮ੍ਰਿਤਪਾਲ ਬਾਰੇ ਵੀ ਕਿਸ ਤਰ੍ਹਾਂ ਦਾ ਮਾਹੌਲ ਵੇਖਦੇ ਆ? ਇਹ ਤਾਂ ਜਾਣ ਕੇ ਬਣਾਇਆ ਜਾ ਰਿਹਾ, ਅੰਮ੍ਰਿਤਪਾਲ ਕੀ ਸੀ? ਕੁਛ ਵੀ ਨਹੀਂ, ਅੰਮ੍ਰਿਤਪਾਲ ਦਾ ਰੌਲਾ ਪਾ ਕੇ ਸਿੱਖਾਂ ਦੇ ਉੱਤੇ ਜ਼ਬਰ ਕਰਨਾ ਕੋਈ ਗੱਲ ਥੋੜ੍ਹੀ ਹੈ, ਅੰਮ੍ਰਿਤਪਾਲ ਨੂੰ ਫੜਨਾ ਹੁੰਦਾ ਤਾਂ ਉੱਥੇ ਜਦੋਂ ਘਰੋਂ ਨਿਕਲਿਆ ਉਦੋਂ ਫੜ ਲੈਂਦੇ, ਬਿਆਸ ਪੁਲ 'ਤੇ ਫੜ ਲੈਂਦੇ, ਹਰੀਕੇ ਪੁਲ 'ਤੇ ਫੜ ਲੈਂਦੇ, ਉੱਥੇ ਤਾਂ ਮੈਂ ਰੌਲਾ ਪਾਉਣਾ ਸੀ, ਰੌਲਾ ਪਾ ਦਿੱਤਾ, ਲਾਲਾ ਲਾਲਾ ਕਰਨੀ ਕਰ ਦਿੱਤੀ ਹੈ। ਹੋਰ ਅੰਮ੍ਰਿਤਪਾਲ ਕੋਈ ਆਪਣਾ ਸਰਕਾਰਾਂ ਦੇ ਗੱਡ ਵੀ ਕੋਈ ਆਪਣਾ ਕੋਈ ਭਲਵਾਨ ਜਾਂ ਭਾਈ ਸਕਦਾ, ਕੋਈ ਗੱਲ ਨਹੀਂ ਸੀ, ਸਿਰਫ ਲਾਲਾ ਲਾਲਾ ਕਰਨੀ ਸੀ, ਮੀਡੀਆ ਦੇ ਵਿੱਚ ਕਰਨੀ ਸੀ, ਇਹਦੀ ਐਂ ਹੋ ਗਿਆ ਜੀ, ਇੱਥੇ ਅੱਤਵਾਦ ਆ ਗਿਆ ਜੀ, ਇੱਥੇ ਖਾਲਿਸਤਾਨ ਆ ਗਿਆ, ਕੋਈ ਗੱਲ ਨਹੀਂ ਸੀ। ਉਹ ਅੰਮ੍ਰਿਤਪਾਲ ਜਿਹੜਾ ਲੋਕਾਂ ਨੂੰ ਅੰਮ੍ਰਿਤ ਛਕਾ ਰਿਹਾ ਸੀ, ਨਸ਼ਿਆਂ ਤੋਂ ਨਸ਼ੇ ਆਪਣੇ ਛਡਾ ਰਿਹਾ ਸੀ, ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਹੁਣ ਵੀ ਕੋਈ ਗੱਲ ਨਹੀਂ, ਪੰਜਾਬ ਦੇ ਵਿੱਚ ਕੋਈ ਮਾਹੌਲ ਖਰਾਬ ਨਹੀਂ ਗਾ, ਜਿਹਨੇ ਵੀ ਇਸ ਤਰ੍ਹਾਂ ਦਾ ਪੰਜਾਬ ਲਈ ਭਲੇ ਦੀ ਗੱਲ ਕੀਤੀ ਆ ਸਰਕਾਰਾਂ ਨੇ, ਬਸ ਉਹਨੂੰ ਆਪਣਾ ਉੱਥੇ ਲਈ ਦੱਬ ਦਿੰਦੇ ਆ।